ਸੱਚੇ ਰਾਜਿਆਂ ਨੂੰ ਚੁੱਕਾਂਗੇ ਕਿ ਝੂਠੇ ਰਾਜਿਆਂ ਨੂੰ? ਝੂਠਿਆਂ ਨੇ ਤਾਂ ਇੱਥੇ ਬਾਂਹ ਛੱਡ ਜਾਣੀ ਹੈ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਨ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਗਾਂਹ ਜਾ ਕੇ ਵੀ ਬਾਂਹ ਫੜਨੀ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਅਨੰਦਪੁਰ ਸਾਹਿਬ ਬੜੀਆਂ ਰੌਣਕਾਂ ਲੱਗੀਆਂ, ਵੇਖ ਕੇ ਸਹਾਰ ਨਹੀਂ ਸਕੇ। ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਦਿੱਤਾ। ਕਈ ਇਤਿਹਾਸਕਾਰ 6 ਮਹੀਨੇ ਲਿਖਦੇ ਹਨ, ਕਈ ਇਤਿਹਾਸਕਾਰ 8 ਮਹੀਨੇ ਤਕਰੀਬਨ ਕਹਿੰਦੇ ਘੇਰਾ ਕਿਲੇ ਨੂੰ ਪਿਆ ਰਿਹਾ, ਅੰਦਰ ਪਾਣੀ ਤੱਕ ਨਹੀਂ ਜਾਣ ਦਿੰਦੇ। ਕਹਿੰਦੇ ਤਕਰੀਬਨ 200 ਸਿੰਘਾਂ ਦਾ ਕਹਿੰਦੇ ਜਥਾ ਇੱਦਾਂ ਮਹਾਰਾਜ ਦੇ ਕੋਲ ਆ ਕੇ ਆ ਕਰਕੇ ਬੇਨਤੀ ਕਰਦਾ, ਮਹਾਰਾਜ ਜੀ ਹੁਣ ਆਪਾਂ ਇਹ ਕਿਲੇ ਨੂੰ ਛੱਡ ਦਈਏ, ਆਪ ਜੀ ਕਿਰਪਾ ਕਰੋ ਛੱਡ ਕਰਕੇ ਚਲੇ ਜਾਈਏ। ਤੇ ਮਹਾਰਾਜ ਅੱਗੋਂ ਕਹਿੰਦੇ ਆ, ਨਹੀਂ ਭਾਈ, ਥੋੜਾ ਸਮਾਂ ਹੋਰ ਖਾਲਸੇ ਦਾ ਰਾਜ ਬੁਲੰਦ ਹੋ ਜਾਣਾ। ਤੇ ਉਹ ਬਚਨ ਕਰਦੇ ਆ, ਮਹਾਰਾਜ ਜੀ ਇੰਨਾ ਚਿਰ ਹੋ ਗਿਆ, 6 ਮਹੀਨੇ ਹੋ ਗਏ ਕੁਛ ਬਣਿਆ ਨੇ। ਮਹਾਰਾਜ ਕਹਿੰਦੇ ਆ, ਸਾਨੂੰ 11 ਦਿਨ ਦਾ ਮੰਗਵਾਂ ਸਮਾਂ ਦੇ ਦਿਓ। ਕਈ ਕਹਿੰਦੇ ਮਹਾਰਾਜ ਜੀ ਆਪ ਜੀ ਤਾਂ ਬੱਚਿਆਂ ਵਾਂਗੂ ਲਾਰੇ ਲਾਈ ਜਾ ਰਹੇ ਹੋ, 6 ਮਹੀਨੇ ਹੁਣ 11 ਦਿਨ 'ਚ ਮਹਾਰਾਜ ਕੀ ਹੋ ਜਾਏਗਾ? ਫਿਰ ਮਹਾਰਾਜ ਦੂਸਰਾ ਬਚਨ ਕਰਦੇ ਆ, ਕਹਿੰਦੇ ਖਾਲਸਾ ਜੀ ਸਾਨੂੰ 8 ਦਿਨ ਦਾ ਮੰਗਵਾਂ ਸਮਾਂ ਦੇ ਦਿਓ। ਹੁਣ ਸਿੱਖ ਭੁੱਖ ਤੋਂ ਤੰਗ ਆ ਚੁੱਕੇ ਸੀ, ਫਰੀਦਾ ਮੌਤੋਂ ਭੁੱਖ ਬੁਰੀ, ਰਾਤੀ ਸੁੱਤਾ ਖਾ ਕੇ ਸਵੇਰੇ ਫਿਰ ਖੜੀ। ਮੌਤ ਤੋਂ ਵੀ ਮਾੜੀ ਹੈ ਜਿਹੜੀ, ਜਿਹਨੂੰ ਭੁੱਖ ਕਿਹਾ ਗਿਆ, ਕਿਉਂਕਿ ਭੁੱਖ ਜ਼ਿੰਦਗੀ ਦੇ ਹਰ ਪੈਰ ਦੇ ਵਿੱਚ ਆ ਜਾਂਦੀ ਹੈ, 2 ਪੈਰ ਦੇ ਬਾਅਦ, 1 ਪੈਰ ਦੇ ਬਾਅਦ। ਪਰ ਜਿਹੜੀ ਮੌਤ ਹੈ ਜ਼ਿੰਦਗੀ ਦੇ ਵਿੱਚ ਇੱਕੋ ਵਾਰੀ ਆਉਣੀ ਹੈ, ਤੇ ਭੁੱਖ ਹੈ ਜਿਹੜੀ ਉਹ ਪੈਰ ਪੈਰ ਦੇ ਬਾਅਦ ਆ ਕੇ ਤੰਗ ਕਰਦੀ ਹੈ। ਮਹਾਰਾਜ ਨੇ ਤੀਸਰਾ ਬਚਨ ਕੀਤਾ, ਕਹਿੰਦੇ ਅਸੀਂ ਗੁਰੂ ਨਾਨਕ ਨੂੰ ਜਾਮਣ ਲੈ ਕੇ ਤੀਜਾ ਬਚਨ ਕਰਨੇ ਆ, ਸਾਨੂੰ 3 ਦਿਨ ਦਾ ਮੰਗਵਾਂ ਸਮਾਂ ਦੇ ਦਿਓ। ਜਿੱਥੋਂ ਸੂਰਜ ਨਿਕਲਦਾ, ਜਿੱਥੇ ਛੁਪਦਾ, ਖਾਲਸੇ ਰਾਜ ਦੇ ਝੰਡੇ ਬੁਲੰਦ ਹੋ ਜਾਣਗੇ। ਪਰ ਸਿੱਖਾਂ ਨੇ ਕਿਹਾ, ਮਹਾਰਾਜ ਨਹੀਂ, ਹੁਣ ਅਸੀਂ ਰੋਕ ਨਹੀਂ ਸਕਦੇ। ਤੇ ਫਿਰ ਮਹਾਰਾਜ ਨੇ ਇਹ ਬਚਨ ਕੀਤਾ, ਕਹਿੰਦੇ ਭਾਈ ਫਿਰ ਲਿਖ ਕੇ ਦੇ ਦਿਓ ਕਿ ਗੁਰੂ ਗੋਬਿੰਦ ਸਿੰਘ ਸਾਡੇ ਗੁਰੂ ਨਹੀਂ, ਅਸੀਂ ਇਹਨਾਂ ਦੇ ਸਿੱਖ ਨਹੀਂ। ਫਿਰ ਕਹਿੰਦੇ ਉਹਨਾਂ ਦੇ ਵਿੱਚੋਂ 40 ਸਿੰਘ ਤਿਆਰ ਵੀ ਹੋ ਗਏ ਸੀਗੇ। ਮੁਕਤਸਰ ਸਾਹਿਬ ਦਾ ਇਤਿਹਾਸ ਮਾਘੀ ਦਾ ਆਪ ਸੰਗਤਾਂ ਜਾਣਦੀਆਂ ਹੋ, ਕਿਉਂਕਿ ਆਪ ਜੀ ਦਾ ਇਲਾਕਾ ਬਹੁਤ ਮਹਾਨ ਹੈ, ਸਤਿਗੁਰਾਂ ਨੇ ਆਪ ਚਰਨ ਪਾਏ ਆਪ ਤੁਹਾਡੇ ਇਲਾਕੇ ਦੇ ਵਿੱਚ ਆ ਕਰਕੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਦੋਂ ਤੀਸਰਾ ਬਚਨ ਵੀ ਮੋੜ ਦਿੱਤਾ, ਫਿਰ ਮਾਤਾ ਜੀ ਨੇ ਕਹਿਣਾ ਕੀਤਾ, ਕਹਿੰਦੇ ਲਾਲ ਜੀ ਛੱਡ ਦਈਏ ਅਨੰਦਪੁਰ ਸਾਹਿਬ ਦਾ ਕਿਲਾ ਆਪਾਂ। ਜਿੱਦਾਂ ਵੀ ਬਚਨ ਹੋਇਆ, ਫਿਰ ਕਹਿੰਦੇ ਮਹਾਰਾਜ ਜੀ ਨੇ ਤਿਆਰੀ ਕੀਤੀ। 6 ਔਰ 7 ਪੋਹ ਦੀ ਰਾਤ, ਕਾਲੀ ਬੋਲੀ ਹਨੇਰੀ ਰਾਤ ਦੇ ਵਿੱਚ ਹੁਣ ਤੁਰਕ ਜਿਹੜੇ ਆ ਲੰਘਣੇ ਕੋਈ ਸੌਖੀ ਗੱਲ ਨਹੀਂ ਸੀ, ਪਰ ਖਾਲਸੇ ਪੰਥ ਦੀ ਤੇਗ ਦੇ ਅੱਗੇ ਜ਼ਾਲਮ ਵੀ ਅੜ ਨਹੀਂ ਸਕੇ ਝੁਕਣੀ। ਉਸ ਸਮੇਂ ਜਦੋਂ ਖਾਲਸੇ ਨੇ ਤੇਗਾਂ ਮਾਰੀਆਂ, ਅੱਗੇ ਰੁਕ ਨਹੀਂ ਸਕੇ ਜ਼ਾਲਮ। ਚੱਲਦੇ ਚੱਲਦੇ ਸਰਸਾ ਦਾ ਕੰਡਾ ਆਇਆ, ਸਰਸਾ ਦੇ ਕੰਡੇ ਦੇ ਆ ਕਰਕੇ ਬਾਬਾ ਅਜੀਤ ਸਿੰਘ ਜੀ ਔਰ ਭਾਈ ਜੀਵਨ ਸਿੰਘ ਜੀ ਜ਼ਾਲਮਾਂ ਨੂੰ ਰੋਕ ਰਹੇ ਹੈ। ਰੋਕਦਿਆਂ ਰੋਕਦਿਆਂ ਬਾਬਾ ਅਜੀਤ ਸਿੰਘ ਜੀ ਦੇ ਉੱਤੇ ਜ਼ਾਲਮ ਕਹਿੰਦੇ ਜ਼ਿਆਦਾ ਹਾਵੀ ਹੋ ਰਹੇ ਨੇ, ਘੇਰਾ ਪੈ ਗਿਆ। ਤੇ ਭਾਈ ਬਚਿੱਤਰ ਸਿੰਘ ਜੀ ਨੇ ਇੱਦਾਂ ਦੇਖਿਆ, ਇੱਕਦਮ ਜੋਸ਼ ਦੇ ਵਿੱਚ ਆ ਗਏ ਔਰ ਮਿਆਨ ਦੇ ਵਿੱਚੋਂ ਸ੍ਰੀ ਸਾਹਿਬ ਕੱਢ ਕੇ ਅੱਗੇ ਨੂੰ ਵੱਧ ਗਏ। ਬਾਬਾ ਅਜੀਤ ਸਿੰਘ ਜੀ ਦੇ ਨਾਲ ਜਾ ਕਰਕੇ ਮੋਢੇ ਦੇ ਨਾਲ ਮੋਢਾ ਦੇ ਕਰਕੇ ਜ਼ਾਲਮਾਂ ਦੇ ਉੱਤੇ ਤੇਗਾਂ ਮਾਰੀਆਂ ਤੇ ਬਾਬਾ ਅਜੀਤ ਸਿੰਘ ਜੀ ਨੂੰ ਘੇਰੇ ਦੇ ਵਿੱਚੋਂ ਬਾਹਰ ਕੱਢਿਆ। ਇਤਿਹਾਸ ਕਹਿੰਦਾ ਭਾਈ ਬਚਿੱਤਰ ਸਿੰਘ ਜੀ ਦੇ ਸਰੀਰ ਦੇ ਉੱਤੇ ਇੰਨੇ ਕੁ ਜ਼ਖਮ ਹੋ ਗਏ ਸੀਗੇ, ਜਦੋਂ ਸਰਸਾ ਨਦੀ ਫਿਰ ਪਾਰ ਕੀਤੀ ਨਾ, ਕਹਿੰਦੇ ਸਰੀਰ ਸਾਰਾ ਸੁੰਨ ਹੋ ਗਿਆ, ਫਿਰ ਅੱਗੇ ਆ ਕਰਕੇ ਸਰੀਰ ਬੇਬਲ ਹੋ ਗਿਆ ਤੇ ਆਪਣਾ 5 ਭੂਤਕ ਸਰੀਰ ਪਰਿਤਿਆਗ ਕਰ ਗਏ, ਸ਼ਹੀਦੀ ਪਾ ਗਏ ਭਾਈ ਬਚਿੱਤਰ ਸਿੰਘ ਜੀ। ਔਰ ਕਹਿੰਦੇ ਜ਼ਾਲਮ ਦੇਖ ਕਰਕੇ ਹੈਰਾਨ ਹੋ ਰਹੇ ਆ ਵੀ ਮੁੱਠੀ ਭਰ ਸਿੰਘ ਹਨ, ਸਾਡੀ ਪਕੜ ਦੇ ਵਿੱਚ ਨਹੀਂ ਆ ਰਹੇ। ਉਹਨਾਂ ਦੇ ਭਾਣੇ ਤੇ ਛੋਟਾ ਜਿਹਾ ਹੀ ਹੈ ਨਾ,
ਕਿੱਡਾ ਕੁ ਵੱਡਾ ਹੈ, ਕਿਧਰੇ ਸਿੰਘਾਂ ਦਾ ਜਥਾ ਛੋਟਾ ਜਿਹਾ ਹੀ ਨਜ਼ਰ ਆ ਰਿਹਾ ਹੈ, ਤੇ ਇੱਕ ਪਾਸੇ 10 ਲੱਖ ਵੈਰੀ ਮਗਰ ਲੱਗਾ ਹੋਇਆ, ਮਹਿੰਗੇ ਮਹਿੰਗੇ ਉਹਨਾਂ ਦੇ ਕੋਲ ਉਹਨਾਂ ਸਮਿਆਂ ਤੇ ਉਸ ਤਿਆਰ ਸੀਗੇ, ਲੜਨ ਵਾਲੇ ਸ਼ਸਤਰ ਸੀਗੇ, ਹਾਥੀ ਘੋੜੇ ਬੰਦੂਕਾਂ ਸੀਗੀਆਂ। ਪਰ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਰਸਾ ਨਦੀ ਨੂੰ ਜਦੋਂ ਪਾਰ ਕੀਤਾ, ਕਈ ਜਾਨਾਂ ਤੋਂ ਪਿਆਰੇ ਸਿੰਘ ਜਿਹੜੇ ਉੱਥੇ ਸ਼ਹੀਦੀਆਂ ਪਾ ਗਏ। ਮਾਤਾ ਗੁਜਰ ਕੌਰ ਜੀ, ਛੋਟੇ ਸਾਹਿਬਜ਼ਾਦੇ ਵੀ ਸਰਸਾ ਦੇ ਕੰਢੇ ਤੇ ਵਿਛੋੜਾ ਹੋਇਆ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਿੱਖ ਪੁੱਛਦੇ ਹੈ, ਮਹਾਰਾਜ ਮਾਤਾ ਗੁਜਰ ਕੌਰ ਜੀ ਲਾਲ ਨਹੀਂ ਆਉਂਦੇ, ਛੋਟੇ ਸਾਹਿਬਜ਼ਾਦੇ ਨਾਲ ਨਹੀਂ ਤੁਰੇ ਆਉਂਦੇ, ਸਾਨੂੰ ਕਿਤੇ ਨਜ਼ਰ ਨਹੀਂ ਆ ਰਹੇ, ਜੇ ਆਪ ਜੀ ਦਾ ਹੁਕਮ ਹੋਵੇ ਦੇਖ ਆਈਏ। ਤੇ ਮਹਾਰਾਜ ਜੀ ਕਹਿੰਦੇ, ਮੁਸਕੁਰਾਏ, ਦੇਖੋ ਕਿਸ ਸਮੇਂ ਦੇ ਵਿੱਚ ਹੱਸਣਾ, ਅਸੀਂ ਖੁਸ਼ੀਆਂ ਮਾਣਦੇ ਹੋਏ, ਰੰਗ ਰੌਣਕ ਮਾਣਦੇ ਹੋਏ ਫਿਰ ਵੀ ਨਹੀਂ ਹੱਸ ਸਕਦੇ, ਬਿਪਤਾ ਦਾ ਸਮਾਂ, ਮਾਤਾ ਜੀ ਵਿਛੜ ਗਏ, ਛੋਟੇ ਸਾਹਿਬਜ਼ਾਦੇ ਵਿਛੜ ਗਏ, ਮਹਾਰਾਜ ਉੱਥੇ ਵੀ ਮੁਸਕੁਰਾਏ ਤੇ ਮੁਸਕੁਰਾ ਕੇ ਕਹਿਣ ਲੱਗੇ, ਕਹਿੰਦੇ ਛੋਟੇ ਪੁੱਤਰਾਂ ਦੀ ਕੀ ਗੱਲ ਕਰਦੇ ਹੋ, ਕੱਲ ਨੂੰ ਵੱਡਿਆਂ ਨੇ ਵੀ ਨਾਲ ਨਹੀਂ ਹੋਣਾ, ਆਖੋ ਸਤਨਾਮ। ਮਹਾਰਾਜ ਕਹਿੰਦੇ ਉਹਨਾਂ ਨੇ ਤਾਂ ਕੀ, ਇਹਨਾਂ ਨੇ ਵੀ ਚਲਿਆ ਜਾਣਾ, ਕੱਲ 4 ਥੇ, ਆਜ 2 ਹੈ, ਕੱਲ ਇਹ ਵੀ ਨਾ ਹੋਣਗੇ। ਚੱਲਦੇ ਚੱਲਦੇ ਫਿਰ ਚਮਕੌਰ ਦੀ ਗੜੀ ਦੇ ਵਿੱਚ ਸਿੰਘਾਂ ਨੇ ਜਦੋਂ ਪੈਰ ਰੱਖਿਆ, ਫਿਰ ਕਹਿੰਦੇ ਉਹ ਐਸੀ ਰਾਤ ਆਈ, ਅੱਧੀ ਰਾਤੀ ਟਲੀ ਉਹ ਵਤਨ ਪਿਛਲੇ, ਤੰਬੂ ਵਿੱਚੋਂ ਬਾਜਾਂ ਵਾਲੇ ਬਾਹਰ ਨਿਕਲੇ, ਕਹਿਰ ਦੀਆਂ ਦੁੱਖਾਂ ਦੇ ਪਹਾੜ ਟੈਣਗੇ, ਕੱਲ ਨੂੰ ਨਾ ਲਾਲ ਤੇਰੇ ਪਾਸ ਰਹਿਣਗੇ। ਕਵੀ ਲਿਖਦਾ ਕਹਿੰਦੇ ਦੁਖੀ ਦੇਸ਼ ਵਾਸਤੇ ਪਿਤਾ ਨੂੰ ਵਾਰਿਆ, ਵਸਦੀ ਆਨੰਦਪੁਰੀ ਨੂੰ ਉਜਾੜਿਆ, ਕਹਿਰ ਦੀਆਂ ਦੁੱਖਾਂ ਦੇ ਪਹਾੜ ਟੈਣਗੇ, ਕੱਲ ਨੂੰ ਨਾ ਲਾਲ ਤੇਰੇ ਪਾਸ ਰਹਿਣਗੇ।